ਪਾਵਰ ਕੰਮ ਦੀ ਲਾਪਰਵਾਹੀ ਕਾਰਨ ਵਾਪਰਿਆ ਵੱਡਾ ਹਾਦਸਾ। ਲਟਕ ਰਹੀਆਂ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਈ ਸਕੂਲ ਬੱਸ। ਚੀਫ ਇੰਜੀਨੀਅਰ ਨੇ ਜੇਈ ਕੀਤਾ ਸਸਪੈਂਡ, ਸਾਰੇ ਬੱਚੇ ਸਹੀ ਸਲਾਮਤ। ਸਲੇਮ ਟਾਪਰੀ ਅਧੀਨ ਪੈਂਦੇ ਮਹੱਲਾ ਸਵਰੂਪ ਨਗਰ ਵਿਖੇ ਬਾਅਦ ਦੁਪਹਿਰ GRD ਅਕੈਡਮੀ ਦੇ ਸਕੂਲੀ ਬੱਚਿਆਂ ਦੀ ਇੱਕ ਬੱਸ ਹਾਈ ਟੈਂਸ਼ਨ ਤਾਰਾਂ ਨਾਲ ਟਕਰਾ ਗਈ। ਤਾਰਾਂ ਵਿੱਚੋਂ ਨਿਕਲਦੀਆਂ ਚੰਗਿਆਰੀਆਂ ਨੇ ਬੱਸ ਨੂੰ ਅੱਗ ਦੀ ਚਪੇਟ ਵਿੱਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਬੱਸ ਖਾਕ ਹੋ ਗਈ ਅਤੇ ਬੱਸ ਦੇ ਨਜ਼ਦੀਕ ਖੜਿਆ ਇੱਕ ਹੋਰ ਮੋਟਰਸਾਈਕਲ ਵੀ ਅੱਗ ਦੀ ਲਪੇਟ 'ਚ ਆ ਕੇ ਸਵਾਹ ਹੋ ਗਿਆ। ਨਿਆਮਤ ਇਹ ਰਹੀ ਕਿ ਬੱਸ ਨੂੰ ਲੱਗੀ ਅੱਗ ਵੇਖ ਲੋਕਾਂ ਅਤੇ ਬੱਸ ਡਰਾਈਵਰਾਂ ਦੀ ਸੂਝਬੂਝ ਨਾਲ ਬੱਚਿਆਂ ਨੂੰ ਬੱਸ 'ਚੋਂ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਸਮਾਂ ਰਹਿੰਦੇ ਪਾਵਰ ਕਾਮ ਦੇ ਅਧਿਕਾਰੀ ਇਸ ਵੱਲ ਧਿਆਨ ਦਿੰਦੇ ਤਾਂ ਇਹ ਹਾਦਸਾ ਹੁਣੋਂ ਟਲ ਸਕਦਾ ਸੀ। ਭਾਈ ਸਵੇਰੇ ਬਿਜਲੀ ਦਫ਼ਤਰ ਗਏ, ਕੱਲ੍ਹ ਭਾਈ ਐਪਲੀਕੇਸ਼ਨ ਦਿੱਤੀ, ਕੱਲ੍ਹ ਵੀ ਦਿੱਤੀ ਆ, ਫੋਨ ਵੀ ਕਰ ਰਹੇ ਹਾਂ, ਜੀਓ ਸਾਹਿਬ ਨੂੰ ਮਿਲ ਰਹੇ ਹਾਂ, ਉਹ ਕਹਿੰਦਾ ਮੈਂ ਸਵੇਰੇ ਬੰਦਾ ਭੇਜਦਾ। ਭਾਈ ਕੱਲ੍ਹ ਬੰਦੇ ਆਏ ਆ ਚੈਕਿੰਗ ਕਰਕੇ ਚਲੇ ਗਏ ਆ, ਅੱਜ ਬੰਦੇ ਆਏ ਆ, ਠੀਕ ਹੈ ਜੀ, ਉਹ ਚੈਕਿੰਗ ਕਰਕੇ ਉਸ ਤੋਂ ਬਾਅਦ ਸਾਰਾ ਬਾਇਓਡੇਟਾ ਕੱਢ ਕੇ ਕਹਿੰਦੇ ਜੀ ਅਸੀਂ ਅੱਧੇ ਘੰਟੇ 'ਚ ਭੇਜਦੇ ਹਾਂ, ਘੰਟੇ ਬਾਅਦ ਭੇਜਦੇ ਹਾਂ, ਆ 4 ਘੰਟੇ ਹੋ ਗਏ ਭਾਈ ਹਾਲੇ ਤੱਕ ਕੋਈ ਆਇਆ ਨਹੀਂ ਇੱਥੇ। ਦੁਪਹਿਰੇ ਬਹੁਤ ਵੱਡਾ ਹਾਦਸਾ ਹੋਇਆ, ਸਾਹਮਣੇ ਬੱਸ ਆ ਰਹੀ ਸੀ, ਸਕੂਲ ਦੀ ਤਾਰਾਂ ਨੀਵੀਆਂ ਸੀ, ਬਿਜਲੀ ਮਹਿਕਮੇ ਵਾਲਿਆਂ ਨੇ 4 ਵਾਰ ਕੰਪਲੇਂਟ ਕੀਤੀ, ਐਪਲੀਕੇਸ਼ਨ ਵੀ ਦੇ ਕੇ ਆਇਆ, ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ। ਉਹ ਕਹਿੰਦੇ ਜੀ SDO ਸਾਹਿਬ ਨੂੰ ਮਿਲਿਆ ਜੀ, ਉਹ ਕਹਿੰਦੇ ਆਹ ਨਹੀਂ ਹੋਣਾ ਜੀ, ਸਾਡੇ ਕੋਲ ਆਹ ਕੰਮ ਨਹੀਂ ਹੋਣਾ। ਉਹਨਾਂ ਨੇ ਆਪਣੇ ਬੰਦੇ ਭੇਜਣ ਤੋਂ ਬਾਅਦ ਕਹਿੰਦੇ ਜੀ ਅਸੀਂ ਲੱਕੜ ਦੀ ਫੱਟੀਆਂ ਪਾ ਦਿੰਦੇ ਪਰ ਅਸੀਂ ਨਹੀਂ ਪਵਾਈਆਂ ਜੀ ਫੱਟੀਆਂ, ਅਸੀਂ ਉਹਨਾਂ ਨੂੰ ਕਿਹਾ ਤਾਰਾਂ ਉੱਚੀਆਂ ਕਰਕੇ ਜਾਓ। ਉਹ ਕਹਿੰਦੇ ਜੀ ਇਹ ਕੰਮ ਹਜੇ ਨਹੀਂ ਹੋਣਾ, 1-2 ਘੰਟੇ ਬਾਅਦ ਹੋਣਾ ਹੈ, 1-2 ਘੰਟੇ ਤੋਂ ਬਾਅਦ। ਉਹਨਾਂ ਦੇ ਦੁਰਜਾਨ ਦੇ ਦੌਰਾਨ ਸਿਰਫ 5 ਮਿੰਟ ਬਾਅਦ ਅੱਗ ਲੱਗ ਗਈ ਜੀ ਗੱਡੀ ਨੂੰ। ਹਜ਼ੂਰ ਚੌਂਕ ਦੇ ਨੇੜੇ GRD ਅਕੈਡਮੀ ਦੀ ਬੱਸ ਨੂੰ ਅੱਗ ਲੱਗੀ ਹੋਈ ਆ। ਮੌਕੇ 'ਤੇ ਆ ਕੇ ਵੇਖਿਆ ਬੱਚੇ ਸਾਰੇ ਸੇਫ ਆ, ਬੱਚੇ ਜਿਹੜੇ ਵਿੱਚ ਸੀਗੇ ਉਹਨਾਂ ਨਾਲ ਵੀ ਗੱਲ ਹੋਈ ਆ ਵੀ ਅਸੀਂ ਟਾਈਮ ਨਾਲ ਜਿਹੜੇ ਆ ਬਾਹਰ ਨਿਕਲ ਗਏ ਸੀ, ਲੋਕਾਂ ਨੇ ਕਾਫੀ ਹੈਲਪ ਕੀਤੀ ਆਲੇ ਦੁਆਲੇ ਵਾਲਿਆਂ ਨੇ, ਅਤੇ ਇੱਥੇ ਆ ਕੇ ਵੇਖਿਆ ਬੱਸ ਸੜੀ ਹੋਈ ਆ ਅਤੇ ਨਾਲ ਇੱਕ ਮੋਟਰਸਾਈਕਲ ਸੜਿਆ। ਸਰ ਕਿੰਨੇ ਕੁ ਬੱਚੇ ਸੀ, ਕਿਹਦੀ ਲਾਪਰਵਾਹੀ ਸਾਹਮਣੇ ਆਈ ਆ? ਇਹਦੇ ਬਾਰੇ ਤਾਂ ਜੀ ਇਨਵੈਸਟੀਗੇਟ ਕਰਕੇ ਦੱਸ ਪਾਵਾਂਗੇ ਲਾਪਰਵਾਹੀ ਬਾਰੇ, ਬਾਕੀ ਉਹ ਡਰਾਈਵਰ ਹੈ ਨਹੀਂ ਮੌਕੇ 'ਤੇ, ਉਹਦੇ ਨਾਲ ਗੱਲ ਕਰਨੀ ਆ, ਉਸ ਤੋਂ ਬਾਅਦ ਹੀ ਤੁਹਾਨੂੰ। ਕਿੰਨੇ ਕੁ ਬੱਚੇ ਸੀ ਸਰ? ਜੋ ਬੱਚਿਆਂ ਨੇ ਦੱਸਿਆ ਕਹਿੰਦੇ 5 ਬੱਚੇ ਸੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।